ਸੋ ਮੈਂ ਅਮਰਜੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਸੋ ਅੱਜ ਕਰੋਨਾ ਵਾਇਰਸ ਕਰਫਿਊ ਵਰਗੀਆਂ ਸਿਚੁਏਸ਼ਨਸ ਦੇ ਕਰਕੇ ਜਿੰਨਾ ਵੀ ਕੰਟੈਂਟ ਹੈ ਜਿੰਨੀ ਵੀਡੀਓਜ਼ ਹੈ ਦੈਟ ਆਈ ਐਮ ਮੇਕਿੰਗ ਫਰੋਮ ਹੋਮ ਆਪਣੇ ਘਰੋਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਕੋਸ਼ਿਸ਼ ਕਰ ਰਿਹਾ ਤੁਹਾਨੂੰ ਵੱਧ ਤੋਂ ਵੱਧ ਅਪਡੇਟ ਕਰ ਸਕਾਂ ਕਿਉਂਕਿ ਜਿਹੜੇ ਨਵੇਂ ਨਵੇਂ ਅਪਡੇਟਸ ਇਹਦੇ ਉੱਤੇ ਜ਼ਰੂਰ ਡਿਵੈਲਪ ਹੋ ਰਹੇ ਨੇ ਜਿਹਦੇ 'ਚੋਂ ਲੇਟੈਸਟ ਜਿਹੜੀਆਂ ਚੀਜ਼ਾਂ ਨੇ ਜੀ ਉਹਦੇ ਵਿੱਚ ਆਇਆ ਇੱਕ ਤਾਂ VFS ਜਿੰਨੇ ਵੀ ਵੀਜ਼ਾ ਫਾਈਲਿੰਗ ਸੈਂਟਰ ਸੀਗੇ ਜਿਹੜੀਆਂ ਐਮਬੈਸੀਜ਼ ਦੀਆਂ ਆਪਾਂ ਫਾਈਲਾਂ ਜਲੰਧਰ ਜਾਂ ਚੰਡੀਗੜ੍ਹ ਜਮ੍ਹਾਂ ਕਰਵਾਉਂਦੇ ਸੀ ਉਹ VFS ਸੈਂਟਰ ਹਜੇ ਅਣਮਿੱਥੇ ਸਮੇਂ ਲਈ ਬੰਦ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਸੋ ਫਿਜ਼ੀਕਲੀ ਜਿਹੜੀ ਫਾਈਲ ਹੈ ਜੀ ਉਹ ਨਹੀਂ ਲੱਗ ਸਕਦੀ ਲਾਈਕ ਔਨਲਾਈਨ ਫਾਈਲ ਲੱਗ ਸਕਦੀ ਹੈ ਲੇਕਿਨ ਬਾਇਓਮੈਟ੍ਰਿਕ ਨਹੀਂ ਹੋ ਸਕਣੀ ਐਂਡ ਸਿਮੀਲਰ ਸਿਚੁਏਸ਼ਨ ਇਜ਼ ਇਨ ਚਾਹੇ ਕੈਨੇਡਾ ਦੀ ਲਗਾਈਏ ਚਾਹੇ UK ਦੀ ਲਗਾਈਏ ਸੋ ਇਹ ਪ੍ਰੋਬਲਮ ਸਾਰੀ ਜਗ੍ਹਾ ਤੁਹਾਨੂੰ ਰਹੂਗੀ ਲੇਕਿਨ ਕੁਛ ਅੱਛੀਆਂ ਚੀਜ਼ਾਂ ਵੀ ਨਾਲ ਨਾਲ ਨੇ ਕਿਉਂਕਿ ਹਰ ਇੱਕ ਖਰਾਬ ਚੀਜ਼ ਦੇ ਨਾਲ ਕੁਛ ਨਾ ਕੁਛ ਪੋਜ਼ਿਟਿਵ ਵੀ ਜ਼ਰੂਰ ਹਮੇਸ਼ਾ ਸਾਹਮਣੇ ਆਉਂਦਾ ਚੰਗਾ ਵੀ ਜ਼ਰੂਰ ਨਾਲ ਹੋ ਰਿਹਾ ਸੋ ਇਹਦੇ ਵਿੱਚ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹਦੇ ਵਿੱਚ ਮੈਂ ਦੱਸ ਦਿੰਦਾ ਜੀ ਦੋ ਨਵੇਂ ਅਪਡੇਟਸ ਨੇ ਸਾਡੇ ਕੋਲ ਇੱਕ ਯੋਰਕਵਿਲੇ ਯੂਨੀਵਰਸਿਟੀ ਕੈਨੇਡਾ ਜਿਹਨੂੰ ਆਪਾਂ ਜਾਣਦੇ ਹਾਂ ਉਹਦਾ ਇੱਕ ਕੈਂਪਸ ਟੋਰੋਂਟੋ ਦੇ ਵਿੱਚ ਹੈ ਔਰ ਇੱਕ ਵੈਂਕੂਵਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ ਇਹ ਯੂਨੀਵਰਸਿਟੀ ਨੇ ਪ੍ਰੈਜੈਂਟਲੀ ਔਫਰ ਕੀਤਾ ਹੈ ਇੰਡੀਅਨ ਸਟੂਡੈਂਟਸ ਨੂੰ ਕੰਡੀਸ਼ਨਲ ਔਫਰ ਲੈਟਰ ਦੇਣ ਦਾ ਮਤਲਬ ਕਿ ਤੁਸੀਂ ਪ੍ਰੈਜੈਂਟ ਸਿਚੁਏਸ਼ਨ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਜਿਹੜੇ ਆਇਲਸ ਇੰਪਰੂਵ ਕਰ ਰਹੇ ਆ ਜਾਂ ਹਜੇ ਆਇਲਸ ਇੰਪਰੂਵ ਨਹੀਂ ਕਰ ਸਕੇ ਜਾਂ ਉਹਨਾਂ ਨੇ ਜੇ ਆਇਲਸ ਕਰਨਾ ਸੋ ਆਹ ਯੂਨੀਵਰਸਿਟੀ ਤੁਹਾਨੂੰ ਬਿਨਾਂ ਆਇਲਸ ਦੇ ਔਫਰ ਲੈਟਰ ਇਸ਼ੂ ਕਰੂਗੀ ਮਤਲਬ ਕੰਡੀਸ਼ਨਲ ਔਫਰ ਲੈਟਰ ਇਸ਼ੂ ਕਰੂਗੀ ਸਟੂਡੈਂਟਸ ਨੂੰ ਜਿੰਨੇ ਵੀ ਸਟੂਡੈਂਟ ਇਹਦੇ 'ਚ ਪ੍ਰੈਜੈਂਟਲੀ ਅਪਲਾਈ ਕਰਨਾ ਚਾਹੁੰਦੇ ਆ ਔਰ ਜਿਹੜਾ ਵੀ ਮੋਸਟ ਪ੍ਰੋਬਲੀ ਜੋ ਦਿਖ ਰਿਹਾ ਸੈਪਟੈਂਬਰ ਇਨਟੇਕ ਹੈ ਸੋ ਸੈਪਟੈਂਬਰ ਇਨਟੇਕ ਜੁਆਇਨ ਕਰਨ ਤੋਂ ਪਹਿਲਾਂ ਤੁਹਾਨੂੰ ਸਿਰਫ ਆਪਣਾ ਆਇਲ ਸਕੋਰ ਸਬਮਿਟ ਕਰਨਾ ਹੋਊਗਾ ਔਰ ਤੁਸੀਂ ਆਪਣਾ LOA ਜਿਹੜਾ ਹੈਗਾ ਉਹ ਅਪਲਾਈ ਕਰ ਸਕੋਗੇ ਨਾਲ ਦੀ ਨਾਲ ਅਨਕੰਡੀਸ਼ਨਲ ਔਫਰ ਲੈਟਰ ਲੈ ਸਕੋਗੇ ਮਤਲਬ ਪ੍ਰੈਜੈਂਟਲੀ ਜਿਹੜਾ ਟਾਈਮ ਹੈ ਅਪਰੋਕਸੀਮੇਟਲੀ ਯੂਨੀਵਰਸਿਟੀਜ਼ ਦੇ ਵਿੱਚ ਜਿਹੜਾ ਇੱਕ ਇੱਕ ਮਹੀਨਾ ਲੱਗਦਾ ਆਪਾਂ ਨੂੰ ਔਫਰ ਲੈਟਰਸ ਲੈਣ ਦੇ ਲਈ ਉਹ ਇੱਕ ਮਹੀਨੇ ਦਾ ਸਮਾਂ ਇੱਥੇ ਆਪਾਂ ਬਚਾ ਸਕਾਂਗੇ ਕਿਉਂਕਿ ਆਪਾਂ ਨੂੰ ਕਿਸੇ ਤਰ੍ਹਾਂ ਨਾਲ ਉਹ ਕਿਊ 'ਚ ਨਹੀਂ ਲੱਗਣਾ ਪਏਗਾ ਬਾਅਦ ਦੇ ਵਿੱਚ ਸੋ ਪ੍ਰੈਜੈਂਟਲੀ ਆਪਣੀ ਕੰਡੀਸ਼ਨਲ ਔਫਰ ਲੈਟਰ ਆ ਜਾਏਗੀ ਜਿੱਦਾਂ ਹੀ ਆਪਾਂ ਆਇਲਸ ਆਪਣਾ ਦੇਵਾਂਗੇ ਉਸ ਤੋਂ ਬਾਅਦ ਆਪਾਂ ਅਨਕੰਡੀਸ਼ਨਲ ਔਫਰ ਲੈਟਰ ਲੈ ਕੇ ਨਾਲ ਦੀ ਨਾਲ ਸਪਟੈਂਬਰ ਇਨਟੇਕ ਲਈ ਪ੍ਰੋਸੀਡ ਕਰ ਸਕਾਂਗੇ ਸੋ ਇੱਕ ਲੰਬਾ ਸਮਾਂ ਤੁਸੀਂ ਇੱਥੇ ਆਪਣਾ ਬਚਾ ਸਕੋ ਦੂਸਰੀ ਜਿਹੜੀ ਇੰਪੋਰਟੈਂਟ ਅਪਡੇਟ ਮੈਂ ਤੁਹਾਨੂੰ ਇਸ ਛੋਟੇ ਸ਼ੋਅ ਦੇ ਵਿੱਚ ਦੇ ਸਕਦਾ ਉਹ ਹੈਗਾ ਜੀ ਬ੍ਰੌਡਵੇ ਔਨਲਾਈਨ ਸਰਵਿਸਿਸ ਨੂੰ ਲੈ ਕੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ੋਜ਼ ਤੁਸੀਂ ਦੇਖਦੇ ਹੋ ਬਟ ਉਸ ਤੋਂ ਬਾਅਦ ਕਾਲ ਕਰਨ 'ਚ ਕਨਫਿਊਜ਼ਡ ਹੁੰਦੇ ਹੋ ਕਿ ਆਫਿਸ ਤਾਂ ਬੰਦ ਹੈ ਕੋਈ ਫਾਇਦਾ ਨਹੀਂ ਸੋ ਆਈ ਨੋ ਬਹੁਤ ਸਾਰੇ ਕਲਾਇੰਟ ਹੈ ਅਨਸਰਟਨਟੀ ਨਾਲ ਹੈਗੇ ਨੇ ਔਰ ਆਲਮੋਸਟ ਹਰ ਏਜੰਟ ਹਰ ਆਫਿਸ ਕਿਉਂਕਿ ਅੱਜ ਤਾਂ ਕਰਫਿਊ ਵੀ ਲੱਗ ਗਿਆ ਸੋ ਹਰ ਇੱਕ ਚੀਜ਼ ਸ਼ਟ ਡਾਊਨ ਹੈ ਬਟ ਬ੍ਰੌਡਵੇ ਇੱਕ ਡੈਡੀਕੇਟਿਡ ਔਰਗਨਾਈਜੇਸ਼ਨ ਹੈ ਤੁਹਾਨੂੰ ਅਪਡੇਟ ਕਰਨਾ ਤੁਹਾਨੂੰ ਲੇਟੈਸਟ ਚੀਜ਼ਾਂ ਦੇ ਨਾਲ ਜੋੜ ਕੇ ਰੱਖਣਾ ਮੇਰੀ ਕੋਸ਼ਿਸ਼ ਰਹਿੰਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿਉਂਕਿ ਕਰੋਨਾ ਦਾ ਜੋ ਸਿਚੁਏਸ਼ਨ ਅੱਜ ਚੱਲ ਰਹੀ ਹੈ ਇਹ ਹਮੇਸ਼ਾ ਨਹੀਂ ਚੱਲੇਗੀ ਕਿਤੇ ਨਾ ਕਿਤੇ ਇਹਨੂੰ ਠੱਲ ਪੈਣੀ ਹੈ ਮਹੀਨੇ ਨੂੰ ਪਵੇ 15 ਦਿਨ ਨੂੰ ਪਵੇ ਦੈਟ ਕੁੱਡ ਬੀ ਅ ਡਿਫਰੈਂਟ ਸਿਨਾਰੀਓ ਜਾਂ ਡਿਫਰੈਂਟ ਕੁਸ਼ਚਨ ਬਟ ਇਹ ਚੀਜ਼ਾਂ ਰੁਕਣਗੀਆਂ ਸੋ ਪ੍ਰੈਜੈਂਟ ਸਿਚੁਏਸ਼ਨ ਦੇ ਵਿੱਚ ਅਸੀਂ ਤੁਹਾਨੂੰ ਔਫਰ ਕਰਨ ਜਾ ਰਹੇ ਹਾਂ ਬ੍ਰੌਡਵੇ ਔਨਲਾਈਨ ਸਰਵਿਸਿਜ਼ ਸੋ ਇਹਦੇ 'ਚ ਸਿੰਪਲ ਹੈ ਜੀ ਤੁਸੀਂ broadwayvisa.com ਸਾਡੀ ਵੈਬਸਾਈਟ ਹੈ broadwayvisa.com ਜਾਂ broadwaystudy.com ਦੋਨੋਂ ਹੀ ਡੋਮੇਨ 'ਚੋਂ ਤੁਸੀਂ ਇਹਨੂੰ ਖੋਲ੍ਹ ਸਕਦੇ ਹੋ ਇਸ ਵੈਬਸਾਈਟ 'ਤੇ ਜਾ ਕੇ ਤੁਹਾਨੂੰ ਇੱਕ ਛੋਟਾ ਜਿਹਾ ਫੋਰਮ ਭਰਨਾ ਹੈ ਵੀਡੀਓ ਕਾਨਫਰੰਸ ਨੂੰ ਬੁੱਕ ਕਰਨ ਦਾ ਸੋ ਜਿੱਦਾਂ ਹੀ ਤੁਸੀਂ ਵੀਡੀਓ ਕਾਉਂਸਲਿੰਗ ਨੂੰ ਬੁੱਕ ਕਰਨ ਦਾ ਉਹ ਫੋਰਮ ਭਰੋਗੇ ਉਹਦੇ ਵਿੱਚ ਆਪਣੀ ਡੇਟ ਔਰ ਟਾਈਮ ਤੁਸੀਂ ਮੈਂਸ਼ਨ ਕਰੋਗੇ ਤੁਸੀਂ ਕਿਸ ਟਾਈਮ ਸਾਡੇ ਤੋਂ ਵੀਡੀਓ ਕਾਲ ਲੈਣਾ ਚਾਹੋਗੇ ਜਿਹਦੇ ਵਿੱਚ ਤੁਸੀਂ ਬਹਿ ਕੇ ਆਪਣਾ ਸਾਰਾ ਪ੍ਰੋਫਾਈਲ ਡਿਸਕਸ ਕਰਨਾ ਚਾਹੋਗੇ ਔਰ ਉਸ ਤੋਂ ਬਾਅਦ ਅਗਰ ਤੁਹਾਡੀ ਇੱਛਾ ਹੈ ਤਾਂ ਤੁਸੀਂ ਅਪਲਾਈ ਵੀ ਕਰਨਾ ਚਾਹੋਗੇ ਸੋ ਇਹ ਸਿੰਪਲ ਹੈ ਤੁਸੀਂ ਉਸ ਵੈਬਸਾਈਟ 'ਤੇ ਸਾਡੀ 'ਤੇ ਜਾਣਾ ਹੈ broadwayvisa.com 'ਤੇ ਔਰ ਜਾ ਕੇ ਉਹ ਫੋਰਮ ਭਰਨਾ ਹੈ ਉਸ ਤੋਂ ਬਾਅਦ ਸਾਡੀ ਟੀਮ ਤੁਹਾਨੂੰ ਕੰਟੈਕਟ ਕਰੂਗੀ ਤੁਸੀਂ ਸਾਰੇ ਪਰਿਵਾਰ ਦੇ ਨਾਲ ਇੱਦਾਂ ਹੀ ਵੀਡੀਓ ਕਾਲ 'ਤੇ ਬੈਠ ਕੇ ਸਾਡੇ ਨਾਲ 1-to-1 ਜਿੰਨੇ ਵੀ ਕੁਐਸਚਨਸ ਨੇ ਸਵਾਲ ਨੇ ਡਾਊਟਸ ਨੇ ਤੁਸੀਂ ਕਲੀਅਰ ਕਰ ਸਕੋਗੇ ਬਿਲਕੁਲ ਇਸ ਸਿਚੁਏਸ਼ਨ ਦੇ ਵਿੱਚ ਆਫਿਸ ਤੋਂ ਮੈਂ ਨਹੀਂ ਬੈਠਾ ਹੋਊਂਗਾ ਜਾਂ ਮੇਰੀ ਟੀਮ ਸੋ ਸਾਰੇ ਮੈਂਬਰਸ ਘਰੋਂ ਬੈਠੇ ਹੋਣਗੇ ਸੋ ਥੋੜ੍ਹਾ ਬਹੁਤ ਕੋਆਪਰੇਸ਼ਨ ਜਾਂ ਸਪੋਰਟ ਅਸੀਂ ਤੁਹਾਡੇ ਵੱਲੋਂ ਵੀ ਚਾਹਾਂਗੇ ਹੋ ਸਕਦਾ ਕੋਈ ਇੰਟਰਨੈਟ ਵਿੱਚ ਬ੍ਰੇਕ ਹੋ ਜਾਏ ਜਾਂ ਕੋਈ ਇਸ਼ੂ ਹੋ ਜਾਏ ਬਟ ਆਲਮੋਸਟ ਥਿੰਗਸ ਵਿਲ ਬੀ ਇਨ ਟਰੈਕ ਐਂਡ ਤੁਹਾਡੇ ਜਿੰਨੇ ਵੀ ਕੁਐਸਚਨਸ ਹੈ ਡਾਊਟਸ ਹੈ ਕਿਉਂਕਿ ਬ੍ਰੌਡਵੇ ਇੱਕ ਟਰਾਂਸਪੇਰੈਂਟ ਤਰੀਕੇ ਨਾਲ ਕੰਮ ਕਰਦੀ ਹੈ ਸੋ ਜਦੋਂ ਅਸੀਂ ਟਰਾਂਸਪੇਰੈਂਟ ਤਰੀਕੇ ਨਾਲ ਕੰਮ ਕਰਦੇ ਹਾਂ ਤਾਂ ਸਾਨੂੰ ਕੋਈ ਸ਼ੰਕਾ ਜਾਂ ਸ਼ੁਭਾ ਜਾਂ ਡਰ ਨਹੀਂ ਹੈ ਕਿ ਸਾਡੀ ਗੱਲ ਨੂੰ ਕੋਈ ਰਿਕਾਰਡ ਕਰ ਲੂਗਾ ਜਾਂ ਕੋਈ ਕੁਝ ਕਰ ਲੂਗਾ ਕਿਉਂਕਿ ਸਾਰੀਆਂ ਬਹੁਤ ਟਰਾਂਸਪੇਰੈਂਟ ਗੱਲਾਂ ਨੇ ਸੋ ਸਾਨੂੰ ਕੋਈ ਉਹ 'ਚ ਡਾਊਟ ਨਹੀਂ ਹੈ ਤੁਹਾਨੂੰ ਸਾਰਾ ਕੁਝ ਔਨਲਾਈਨ ਸਮਝਾਉਣ ਦੇ ਵਿੱਚ ਸੋ ਤੁਸੀਂ ਆਪਣੇ ਪ੍ਰੋਫਾਈਲਸ ਨੂੰ ਲੈ ਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਸਾਡੀ ਵੈਬਸਾਈਟ 'ਤੇ ਜਾ ਕੇ ਔਰ ਉਸ ਤੋਂ ਬਾਅਦ ਆਪਾਂ 1-to-1 ਸਾਰੇ ਕੁਐਸਚਨ ਸਾਰੇ ਡਾਊਟਸ ਤੁਹਾਡੇ ਡਿਸਕਸ ਕਰਾਂਗੇ ਥੈਂਕ ਯੂ